ਦਿਹਾਤੀ ਦੀ MLA ਮੈਡਮ ਸਤਕਾਰ ਕੌਰ ਗੈਰੀ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਦੇ ਲਈ MK ਪੈਲੇਸ ਫਿਰੋਜ਼ਪੁਰ ਛਾਉਣੀ 'ਚ 126 ਪਿੰਡਾਂ ਦੀਆਂ ਪੰਚਾਇਤਾਂ ਨੂੰ 4,20,00,000 ਦੇ ਚੈੱਕ ਵੰਡੇ ਗਏ। ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਨੇਤਾ ਜਸਮੇਲ ਸਿੰਘ ਲਾਡੀ ਗੈਰੀ ਅਤੇ ਸ਼ੇਰ ਸਿੰਘ ਗੈਰੀ ਵੀ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ MLA ਮੈਡਮ ਸਤਕਾਰ ਕੌਰ ਗੈਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਉਹਨਾਂ ਨੇ ਬਜਟ ਤੇ ਬੁਲਾਇਆ ਸੀ ਕਿ ਤੁਹਾਨੂੰ ਕੀ ਚਾਹੀਦਾ ਪਿੰਡਾਂ ਦਾ, ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਦੀ ਬਦੌਲਤ ਅੱਜ ਅਸੀਂ ਪੂਰੇ ਦਿਹਾਤੀ ਏਰੀਏ ਦੇ ਵਿੱਚ ਜਿਹੜੇ 6,70,00,000 ਦੇ ਜਿਹੜੇ ਚੈੱਕ ਹੈਗੇ ਆ ਅੱਜ ਅਸੀਂ ਪੂਰੇ ਪੰਚ ਸਰਪੰਚ ਨੂੰ ਪ੍ਰੋਵਾਈਡ ਕਰਦੇ। ਇਹਦੇ ਵਿੱਚ ਜਿਸ ਤਰ੍ਹਾਂ ਕਿ ਪਿੰਡਾਂ ਦੀਆਂ ਗਲੀਆਂ ਨਾਲੀਆਂ ਹੁੰਦੀਆਂ, ਕੋਈ ਆਪਣੇ ਕੋਈ ਸਕੂਲਾਂ ਦੀ ਸਫਾਈ ਹੈਗੀ ਆ ਉਹ ਕਰਵਾਉਣੀ ਹੈ, ਕੋਈ ਸਕੂਲਾਂ ਦੀਆਂ ਛੱਤਾਂ ਟਿੱਕੀਆਂ ਹੋਈਆਂ ਹੈਗੀਆਂ, ਜਾਂ ਕੋਈ ਹੋਰ ਕੋਈ ਜਿਹੜੇ ਸਾਡੇ ਸਾਂਝੇ ਕੰਮ ਹੈਗੇ ਆ, ਚਾਹੇ ਉਹ ਸਾਡੇ ਕਹਿੰਦੇ ਪੈਨਸ਼ਨਾਂ ਹੈਗੀਆਂ ਗਾ, ਉਹਨਾਂ ਦੇ ਵਿੱਚ ਜਿੰਨੇ ਵੀ ਕੋਈ ਸਾਡੇ ਮਤਲਬ ਜਿਨ੍ਹਾਂ ਦੇ ਆਪਾਂ ਨੂੰ ਪਤਾ ਹੀ ਹੈਗਾ ਕਿ ਪਿੰਡਾਂ ਦੇ ਵਿੱਚ ਕੀ ਪਿੰਡਾਂ ਦੇ ਵਿੱਚ ਕੰਮ ਹੁੰਦੇ ਆ ਉਹਨਾਂ ਨੂੰ ਅਸੀਂ ਅੱਜ ਦਾ ਕੋਈ 4,20,00,000 ਰੁਪਇਆ ਅੱਜ ਅਸੀਂ ਕਿੰਨੇ ਪਿੰਡਾਂ ਨੂੰ ਅੱਜ ਸਾਰੇ ਪਿੰਡਾਂ ਨੂੰ ਅਸੀਂ ਵੰਡ ਰਹੇ ਹੈਗੇ ਅੱਜ। ਮੈਡਮ, ਇੱਕ ਸ਼ੇਰ ਸਿੰਘ ਘੁਬਾਇਆ ਨੇ ਜਿਹੜਾ ਅਕਾਲੀ ਦਲ ਤੋਂ ਅੱਜ ਰਿਜ਼ਾਈਨ ਕਰ ਦਿੱਤਾ ਹੈ, ਅਤੇ ਕੀ ਲੱਗਦਾ ਉਹ ਕਾਂਗਰਸ ਜੁਆਇਨ ਕਰਨਗੇ ਕੀ ਕਰਨਗੇ? ਇਹ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਉਹਨਾਂ ਨੇ ਮੈਨੂੰ ਕੋਈ ਵੀ ਇਹਦੇ ਵਿੱਚ ਕੋਈ ਜਵਾਬ ਨਹੀਂ ਦਿੱਤਾ ਹੈ, ਔਰ ਸ਼ਾਇਦ ਹੋਰ 1-2 ਦਿਨਾਂ ਦੇ ਵਿੱਚ ਸ਼ਾਇਦ ਸਾਨੂੰ ਪਤਾ ਲੱਗ ਜਾਵੇਗਾ। ਕੋਈ ਪਿੰਡ ਦੀਆਂ ਜਿੰਨੀਆਂ ਪੰਚਾਇਤਾਂ ਨੂੰ ਕੋਈ ਮੁੱਖ ਆਦੇਸ਼ ਕੀ ਦੇਣਾ ਚਾਹੁੰਦਾ ਤੁਸੀਂ? ਮੈਂ ਪਿੰਡਾਂ ਵਾਲਿਆਂ ਨੂੰ ਇਹੀ ਉਹਨਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਜਿੰਨੇ ਵੀ ਸਰਕਾਰ ਵੱਲੋਂ ਫੰਡਸ ਸਾਨੂੰ ਮੁਹੱਈਆ ਹੋਏ ਆ, ਜਾਂ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਹੋਰ ਵੀ ਉਹਨਾਂ ਨੂੰ ਮੈਂ ਇਹ ਬੇਨਤੀ ਕਰਾਂਗੀ ਕਿ ਜਿੰਨੇ ਵੀ ਸਾਡੇ ਪਿੰਡ, ਬਹੁਤ ਜ਼ਿਆਦਾ ਪਿੰਡ ਹੈਗੇ ਆ ਔਰ 236 ਪੰਚਾਇਤਾਂ ਹੈ, 3 ਕਸਬੇ ਆ, ਉਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਗ੍ਰਾਂਟ ਦੀ ਲੋੜ ਹੈਗੀ ਆ, ਔਰ ਮੈਂ ਪੰਚਾਇਤਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਜਿਹੜੇ ਫੰਡ ਹੈਗੇ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ, ਉਹਨਾਂ ਦੀ ਕੋਈ ਦੁਰਵਰਤੋਂ ਨਾ ਕੀਤੀ ਜਾਵੇ, ਤਾਂ ਕਿ ਜਿਹੜਾ ਲੋਕਾਂ ਦਾ ਪੈਸਾ ਉਹ ਲੋਕਾਂ 'ਤੇ ਲਗਾਇਆ ਜਾਵੇ। 6,70,00,000 ਰੁਪਇਆ ਆਇਆ, ਜਿਹਦੇ ਵਿੱਚ ਅੱਧੀ ਗ੍ਰਾਂਟ ਜਿਹੜੀ ਹੁਣ ਦੇ ਰਹੇ ਆ ਪਿੰਡਾਂ ਦੇ ਵਿੱਚ, 2,36 ਪੰਚਾਇਤਾਂ ਸਾਡੀਆਂ ਟੋਟਲ ਆ, ਉਹਨਾਂ ਨੂੰ ਸਾਰਿਆਂ ਨੂੰ ਅੱਜ ਜਿਹੜੀ ਚੈੱਕ ਵੰਡ ਰਹੇ ਹਾਂ। ਦੇਖੋ, ਰਾਹੁਲ ਗਾਂਧੀ ਦੀ ਮੋਗੇ ਦੇ ਵਿੱਚ ਰੈਲੀ ਹੋ ਰਹੀ ਆ, ਬੜਾ ਲੋਕਾਂ 'ਚ ਜੋਸ਼ ਆ, ਔਰ ਸਾਡਾ ਹਲਕਾ ਦਿਹਾਤੀ ਦੇ ਵਿੱਚੋਂ 10,000 ਦਾ ਇਕੱਠ ਆ ਜਿਹੜਾ ਅਸੀਂ ਮੋਗੇ ਲੈ ਕੇ ਜਾਵਾਂਗੇ। ਬਿਲਕੁਲ, ਬਹੁਤ ਖੁਸ਼ ਹਾਂ। ਦੇਖੋ, ਜਦੋਂ ਦੀ ਸਰਕਾਰ ਸਾਡੀ ਕਾਂਗਰਸ ਪਾਰਟੀ ਬਣੀ ਆ, ਸਰਕਾਰ ਆਈ ਆ, ਉਦੋਂ ਦਾ ਹੀ ਜਿਹੜਾ ਕੰਮ ਚੱਲ ਰਿਹਾ ਪਿੰਡਾਂ ਦੇ ਵਿਕਾਸ ਦਾ, ਔਰ ਹੁਣ ਸਾਨੂੰ ਜਿਹੜੀ ਨਵੀਂ ਗ੍ਰਾਂਟ ਆਈ ਆ, ਔਰ ਪਿੰਡਾਂ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਰਹਿ ਗਈਆਂ ਉਹ ਜਿਹੜੀ ਅਸੀਂ ਹੁਣ ਬਣਾ ਦਿੱਤਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।